ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਜੀ ਤੁਹਾਡਾ ਮਿਲਕੀ ਅੱਜ ਤੁਹਾਨੂੰ ਦਰਸ਼ਨ ਕਰਾਉਣਾ ਇੱਕ ਜੜੀ ਬੂਟੀ ਦੇ ਜਿਹਨੂੰ ਪੰਜਾਬੀ ਦੇ ਵਿੱਚ ਪੁਠਕੰਡਾ ਆਖਿਆ ਜਾਂਦਾ ਹੈ ਦੇਖੋ ਐਦਾਂ ਦਾ ਹੁੰਦਾ ਇਹਦੇ ਕੰਡੇ ਜਿਹੜੇ ਹੈਗੇ ਆ ਇਹ ਪੁੱਠੇ ਹੁੰਦੇ ਨੇ ਤੇ ਇਹਦੀ ਵਰਤੋਂ ਆਯੁਰਵੇਦਿਕ ਕਾਫੀ ਮੈਡੀਸਨ ਦੇ ਵਿੱਚ ਜੋ ਕੀਤੀ ਹੈ ਨਹੀਂ ਅੱਜ ਤੁਹਾਨੂੰ ਆਪਾਂ ਇਹਦੇ ਜੜ ਦਾ ਪ੍ਰਯੋਗ ਦੱਸਦੇ ਆ ਤੇ ਇਹਦੀ ਦਤਨ ਪਹਿਲਾਂ ਤਾਂ ਤੁਹਾਨੂੰ ਦਤਨ ਦੀ ਦੱਸਦੀ ਆ ਇਹਦੀ ਦਤਨ ਕਿਵੇਂ ਕਰਨੀ ਹੈ ਜਿਨ੍ਹਾਂ ਨੂੰ ਦੰਦਾਂ ਦੀ ਕੋਈ ਵੀ ਪ੍ਰੋਬਲਮ ਹੈ ਦੰਦ ਹਿੱਲਦੇ ਹੈ ਤੱਤਾ ਠੰਡਾ ਲੱਗਦਾ ਹੈ ਜਾਂ ਦਰਦ ਰਹਿੰਦਾ ਤਾਂ ਇਹਦੀ ਦਤਨ ਤੁਸੀਂ ਕਰ ਸਕਦੇ ਹੋ ਅ ਇਦਾਂ ਟਾਣੀ ਦੀ ਤੁਸੀਂ ਇਹਦੀ ਕੋਈ ਵੀ ਜੋ ਹਨਾ ਦਤਨ ਕਰ ਸਕਦੇ ਤੁਸੀਂ ਇਹਦੀ ਤੇ ਬੈਸੇ ਤੋਂ ਕਿ ਦਤਨ ਕਰਨੀ ਚਾਹੀਦੀ ਕਿਉਂਕਿ ਸੜਕਾਂ ਦੇ ਕਿਨਾਰੇ ਤੇ ਨਹਿਰਾਂ ਦੇ ਕਿਨਾਰੇ ਤੇ ਹੁੰਦਾ ਏਰੀਆ ਜੋ ਮਿੱਟੀ-ਮੁੱਟੀ ਦੇ ਉੱਤੇ ਪੈਂਦੀ ਰਹਿੰਦੀ ਹੈ ਤੇ ਤੁਹਾਨੂੰ ਇੰਦਰੀ ਵਾਸਤੇ ਅੱਜ ਇਹਦਾ ਲੇਪ ਬਣਾਉਣਾ ਦੱਸਦਿਆਂ ਅ ਜਿਨ੍ਹਾਂ ਨੂੰ ਪ੍ਰੋਬਲਮ ਹੈ ਕਿ ਇੰਦਰੀ ਕਹਿੰਦੇ ਐ ਵੈਸਾ ਮੋਟੀ ਨਹੀਂ ਹੁੰਦੀ ਉਹਦੇ ਲਈ ਐ ਲੰਮੀ ਵੀ ਹੋ ਜਾਏਗੀ ਤੇ ਲੰਮੀ ਸਿਰਫ ਉਹਨਾਂ ਦੀ ਹੋਏਗੀ ਜਿਨ੍ਹਾਂ ਦੀ ਉਮਰ 25 ਸਾਲ ਤੋਂ ਨੀਚੇ ਐ ਤੇ ਮੋਟੀ ਹਰ ਇੱਕ ਉਮਰ ਦੇ ਵਿਅਕਤੀ ਦੀ ਹੋ ਜਾਏਗੀ ਭਾਵੇਂ 60 ਸਾਲ ਦਾ ਹੋਵੇ ਭਾਵੇਂ 70 ਸਾਲ ਦਾ ਬੰਦਾ ਹੋਵੇ ਇੰਦਰੀ ਲਈ ਤੁਸੀਂ ਕੀ ਕਰਨੀ ਦੀ ਜੜਾ ਲੈ ਲੈਣੀਆਂ ਨੇ ਨੀਚੇ ਤੋਂ ਡੂੰਗੀ ਜੜ ਕੱਢ ਲੈਣੀ ਐ ਅ ਅਗਰ ਤੁਸੀਂ ਸੁਕਾਉਣਾ ਚਾਹੋ ਤਾਂ ਸੁਕਾ ਕੇ ਵੀ ਇਹਦਾ ਲੇਪ ਬਣਾ ਕੇ ਪਾਣੀ ਦੀ ਮਦਦ ਨਾਲ ਲਗਾ ਸਕਦੇ ਹੋ ਪਰ ਤੁਹਾਨੂੰ ਆਪਾਂ ਤੇਲਾ ਬਣਾਉਣਾ ਦੱਸ ਦene ਇਹਦਾ ਤੁਸੀਂ ਨੇ ਕੀ ਕਰਨਾ ਹੈ ਜੋ ਜੜਾ ਲੈ ਲੈਣੀਆਂ ਨੇ ਮੋਟਾ ਮੋਟਾ ਕੁੱਟ ਕੇ ਮਰਲੋ 50 ਗ੍ਰਾਮ ਜੜਾ ਲੈ ਲਓ ਤੇ ਮੋਟਾ ਮੋਟਾ ਕੁੱਟ ਕੇ 250 ਐਮਐਲ ਜ਼ੈਤੂਨ ਦਾ ਤੇਲ ਲੈ ਕੇ ਉਹਦੇ ਵਿੱਚ 30 ਗ੍ਰਾਮ ਦਾਲਚੀਨੀ ਪਾਊਡਰ ਪਾ ਸਕਦੇ ਹੋ ਜਾਂ ਫਿਰ ਉਹਦੇ ਵਿੱਚ ਤੁਸੀਂ 15 ml ਦਾਲਚੀਨੀ ਦਾ ਤੇਲ ਬਾਅਦ ਚ ਪਾ ਸਕਦੇ ਹੋ ਜਦੋਂ ਤੁਹਾਡਾ ਤਿਲਾ ਤਿਆਰ ਹੋ ਜੇ ਤੇ ਮਤਲਬ 250 ml ਤੇਲ ਜ਼ੈਤੂਨ ਤੇਲ ਤੇ 50 ਗ੍ਰਾਮ ਤੁਸੀਂ ਇਹ ਜੜਾ ਲੈਣੀਆਂ ਨੇ ਫੁਟਕੰਡੇ ਦੀਆਂ ਤੇ 15 ml ਦਾਲਚੀਨੀ ਦਾ ਤੇਲ ਬਾਅਦ ਚ ਪਾ ਸਕਦੇ ਹੋ ਪਹਿਲਾਂ ਤੁਹਾਨੂੰ ਵੀਦੀ ਦੱਸਦೇನೆ ਇਹਦੀ ਜੜਾ ਨੂੰ ਇਹ ਵਿੱਚ ਫਰਾਈ ਕਰ ਲੈਣਾ ਜਦੋਂ ਹਲਕੇ ਹਲਕੇ ਕਾਲੀਆ ਹੋ ਜਾਣ ਤਾਂ ਤੇਲ ਨੂੰ ਠੰਡਾ ਕਰਨਾ ਰੱਖ ਦੋ ਤੇਲ ਨੂੰ ਕਿਸੇ ਵੀ ਕੱਪੜੇ ਦੀ ਸਹਤ ਨਾਲ ਨਿਚੋੜ ਕੇ ਤੇ 15 ml ਦਾਲਚੀਨੀ ਦਾ ਤੇਲ ਪਾ ਦੇਣਾ ਤੇ ਲਿੰਗ ਤੇ ਮ사ਜ ਕਰਨੀ ਹੈ ਨਿਚਲਾ ਭਾਗ ਛੱਡ ਕੇ ਤੇ ਜੜ ਛੱਡ ਕੇ ਇਹਦੀ ਮ사ਜ ਕਰਨੀ ਹੁੰਦੀ ਹੈ ਤੇਲ ਦੀ ਦੋ ਟਾਈਮ ਕਰ ਸਕਦੇ ਹੋ ਸਵੇਰੇ ਸ਼ਾਮ ਲਿੰਗ ਦੀ ਮੋਟਾਈ 100% ਹੋਏਗੀ ਅਜਮਾਇਆ ਹੋਇਆ ਨੁਸਖਾ ਬਹੁਤ ਹੀ ਅੱਛਾ ਕੰਮ ਕਰਦਾ ਹੈ ਇਹਦੀ ਕਾਫੀ ਟਾਈਮ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਉਦੋਂ ਕੱਲਾ ਇਹਦਾ ਲੇਪ ਲੇਪ ਦੱਸਿਆ ਗਿਆ ਸੀ अगर वो वीडियो नहीं देखी ਤਾਂ ਉਹ ਵੀਡੀਓ ਵੀ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਬਹੁਤ ਹੀ ਅੱਛਾ ਉਪਯੋਗ ਹੈ ਫ੍ਰੀਚ ਤਿਆਰ ਹੋਣ ਵਾਲਾ ਹੈ ਤੁਸੀਂ ਕਰੋ ਤੇ 100% ਤੁਹਾਨੂੰ ਇਹਦਾ ਰਿਜ਼ਲਟ ਮਿਲੇਗਾ ਧੰਨਵਾਦ ਜੀ ਹੋਰ ਕਾਫੀ ਸਾਰੀਆਂ ਜਿਵੇਂ ਜੜੀਆਂ ਬੁੱਟੀਆਂ ਹੁੰਦੀਆਂ ਨੇ ਜਿਵੇਂ ਅੱਕ ਦੇ ਤੁਹਾਨੂੰ ਉਪਯੋਗ ਦੱਸਾਂਗੇ ਇਹਦੇ ਫੁੱਲ ਜੜ ਪੱਤੇ ਕੀ ਕੰਮ ਲੈ ਸਕਦੇ ਹੋ ਹੋਰ ਕਾਫੀ ਸੜੀਆਂ ਸਾਰੀਆਂ ਜੜੀਆਂ ਬੁੱਟੀਆਂ ਜੋ ਤੁਹਾਨੂੰ ਨਹਿਰਾਂ ਦੇ ਕਿਨਾਰੇ ਅੱਧਾ ਮਿਲ ਜਾਂਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ ਜੀ